ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ ਤਿੰਨ ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, ਤਿੰਨ ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਹਾਂ ਬਿਲਕੁਲ, ਡਿੰਪਲ ਦੇ ਮਨ 'ਚ ਮਲਾਲ ਸੀਗਾ ਕਿ ਪਾਰਟੀ ਨੇ ਉਹਨੂੰ ਇਗਨੋਰ ਕੀਤਾ, ਔਰ ਹੋਣਾ ਵੀ ਚਾਹੀਦਾ। ਬੜੇ ਚਿਰ ਤੋਂ ਇਹ 7 ਟਿਕਟ ਮੰਗ ਰਹੇ ਆ, ਕਾਂਗਰਸ ਪਾਰਟੀ ਟਿਕਟ ਇਹਨਾਂ ਨੂੰ ਦੇ ਨਹੀਂ ਪਾਈ, ਪਰ 100% ਪਾਰਟੀ ਇਸ ਗੱਲ ਦਾ ਯਕੀਨ ਦਵਾਉਂਦੀ ਹੈ ਵੀ ਅੱਗੇ 2027 ਦੇ ਵਿੱਚ ਪਾਰਟੀ ਇਸ ਪਰਿਵਾਰ ਨੂੰ ਇਗਨੋਰ ਨਹੀਂ ਕਰੇਗੀ। ਇਹਨਾਂ ਦੀ ਅਸੀਂ ਲੜਾਈ ਲੜਾ ਕੇ ਉਹਨਾਂ ਦੇ ਸਾਹਿਬ ਲੱਗਦਾ ਨਹੀਂ ਤਾਂ ਕੰਮ ਦੀ ਕਾਂਗਰਸ ਨੂੰ ਲੋੜ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਚਿਹਰੇ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿੰਦੇ। ਦੇਖੋ ਬਿਲਕੁਲ ਲੋੜ ਹੈ, ਬਟ ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ 3 ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, 3 ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਵਫਾਦਾਰ ਡਿੰਪਲ ਵਰਗੇ ਲੋਕ ਹੈ ਜਿਹਨਾਂ ਨੂੰ 3 ਵਾਰੀ ਟਿਕਟ ਮੰਗੀ ਨਹੀਂ ਮਿਲੀ, ਫਿਰ ਵੀ ਕਾਂਗਰਸ ਪਾਰਟੀ ਦੇ ਨਾਲ। ਆਹ ਵਿਨੋਦ ਜੀ ਵਰਗੇ, ਆਹ ਤਖਤੂਪੁਰਾ ਸਾਹਿਬ ਵਰਗੇ, ਇਹ ਲੋਕ ਹੈ ਜਿਹੜੇ ਆਏ ਵਾਰੀ ਮੰਗਦੇ, ਵਿਚਾਰੇ ਨਹੀਂ ਵੀ ਮਿਲੀ, ਫਿਰ ਨਾਲੇ ਜਿਹਨਾਂ ਨੂੰ ਮਿਲੀ ਉਹ ਤਾਂ ਖੜੇ ਨਹੀਂ। ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ 3 ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, 3 ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਹਾਂ ਬਿਲਕੁਲ, ਡਿੰਪਲ ਦੇ ਮਨ 'ਚ ਮਲਾਲ ਸੀਗਾ ਕਿ ਪਾਰਟੀ ਨੇ ਉਹਨੂੰ ਇਗਨੋਰ ਕੀਤਾ, ਔਰ ਹੋਣਾ ਵੀ ਚਾਹੀਦਾ। ਬੜੇ ਚਿਰ ਤੋਂ ਇਹ 7 ਟਿਕਟ ਮੰਗ ਰਹੇ ਆ, ਕਾਂਗਰਸ ਪਾਰਟੀ ਟਿਕਟ ਇਹਨਾਂ ਨੂੰ ਦੇ ਨਹੀਂ ਪਾਈ, ਪਰ 100% ਪਾਰਟੀ ਇਸ ਗੱਲ ਦਾ ਯਕੀਨ ਦਵਾਉਂਦੀ ਹੈ ਵੀ ਅੱਗੇ 2027 ਦੇ ਵਿੱਚ ਪਾਰਟੀ ਇਸ ਪਰਿਵਾਰ ਨੂੰ ਇਗਨੋਰ ਨਹੀਂ ਕਰੇਗੀ। ਇਹਨਾਂ ਦੀ ਅਸੀਂ ਲੜਾਈ ਲੜਾ ਕੇ ਉਹਨਾਂ ਦੇ ਸਾਹਿਬ ਲੱਗਦਾ ਨਹੀਂ ਤਾਂ ਕਾਂਗਰਸ ਨੂੰ ਲੋੜ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਚਿਹਰੇ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿੰਦੇ। ਦੇਖੋ ਬਿਲਕੁਲ ਲੋੜ ਹੈ, ਬਟ ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ 3 ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, 3 ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਵਫਾਦਾਰ ਡਿੰਪਲ ਵਰਗੇ ਲੋਕ ਹੈ ਜਿਹਨਾਂ ਨੂੰ 3 ਵਾਰੀ ਟਿਕਟ ਮੰਗੀ ਨਹੀਂ ਮਿਲੀ, ਫਿਰ ਵੀ ਕਾਂਗਰਸ ਪਾਰਟੀ ਦੇ ਨਾਲ। ਆਹ ਵਿਨੋਦ ਜੀ ਵਰਗੇ, ਆਹ ਤਖਤੂਪੁਰਾ ਸਾਹਿਬ ਵਰਗੇ, ਇਹ ਲੋਕ ਹੈ ਜਿਹੜੇ ਆਏ ਵਾਰੀ ਮੰਗਦੇ, ਵਿਚਾਰੇ ਨਹੀਂ ਵੀ ਮਿਲੀ, ਫਿਰ ਨਾਲੇ ਜਿਹਨਾਂ ਨੂੰ ਮਿਲੀ ਉਹ ਤਾਂ ਖੜੇ ਨਹੀਂ। ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ 3 ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, 3 ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਹਾਂ ਬਿਲਕੁਲ, ਡਿੰਪਲ ਦੇ ਮਨ 'ਚ ਮਲਾਲ ਸੀਗਾ ਕਿ ਪਾਰਟੀ ਨੇ ਉਹਨੂੰ ਇਗਨੋਰ ਕੀਤਾ, ਔਰ ਹੋਣਾ ਵੀ ਚਾਹੀਦਾ। ਬੜੇ ਚਿਰ ਤੋਂ ਇਹ 7 ਟਿਕਟ ਮੰਗ ਰਹੇ ਆ, ਕਾਂਗਰਸ ਪਾਰਟੀ ਟਿਕਟ ਇਹਨਾਂ ਨੂੰ ਦੇ ਨਹੀਂ ਪਾਈ, ਪਰ 100% ਪਾਰਟੀ ਇਸ ਗੱਲ ਦਾ ਯਕੀਨ ਦਵਾਉਂਦੀ ਹੈ ਵੀ ਅੱਗੇ 2027 ਦੇ ਵਿੱਚ ਪਾਰਟੀ ਇਸ ਪਰਿਵਾਰ ਨੂੰ ਇਗਨੋਰ ਨਹੀਂ ਕਰੇਗੀ। ਇਹਨਾਂ ਦੀ ਅਸੀਂ ਲੜਾਈ ਲੜਾ ਕੇ ਉਹਨਾਂ ਦੇ ਸਾਹਿਬ ਲੱਗਦਾ ਨਹੀਂ ਤਾਂ ਕਾਂਗਰਸ ਨੂੰ ਲੋੜ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਚਿਹਰੇ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿੰਦੇ। ਦੇਖੋ ਬਿਲਕੁਲ ਲੋੜ ਹੈ, ਬਟ ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ, ਡਿੰਪਲ ਲਾਲਚੀ ਨਹੀਂ ਹੈ। ਤੁਸੀਂ ਦੱਸੋ ਫਿਰ ਫਰਕ ਹੀ ਰਹਿ ਗਿਆ, ਜਿਹਨੂੰ 3 ਵਾਰੀ ਟਿਕਟ ਮਿਲ ਗਈ 42 ਸਾਲਾਂ ਦੀ ਉਮਰ 'ਚ, 3 ਵਾਰੀ MLA MP ਬਣਾਤਾ, ਉਹ ਅਲਵਿਦਾ ਕਹਿ ਗਏ, ਉਹ ਤਾਂ ਲਾਲਚੀ ਹੈ। ਵਫਾਦਾਰ ਡਿੰਪਲ ਵਰਗੇ ਲੋਕ ਹੈ ਜਿਹਨਾਂ ਨੂੰ 3 ਵਾਰੀ ਟਿਕਟ ਮੰਗੀ ਨਹੀਂ ਮਿਲੀ, ਫਿਰ ਵੀ ਕਾਂਗਰਸ ਪਾਰਟੀ ਦੇ ਨਾਲ। ਆਹ ਵਿਨੋਦ ਜੀ ਵਰਗੇ, ਆਹ ਤਖਤੂਪੁਰਾ ਸਾਹਿਬ ਵਰਗੇ, ਇਹ ਲੋਕ ਹੈ ਜਿਹੜੇ ਆਏ ਵਾਰੀ ਮੰਗਦੇ, ਵਿਚਾਰੇ ਨਹੀਂ ਵੀ ਮਿਲੀ, ਫਿਰ ਨਾਲੇ ਜਿਹਨਾਂ ਨੂੰ ਮਿਲੀ ਉਹ ਤਾਂ ਖੜੇ ਨਹੀਂ।